ठीक ठाक शुक्र। कितना अंब लाए? अंब पाए 150 रुपए किलो लाए। 150 रुपए जी सर। यार ज्यादा लेने हैं, कोई 2-3 मन लेने हैं। 2-3 मन मकसद दर बाग लाउणा को तुसी 2-3 मन ले? नहीं नहीं बाग नहीं, खत्म आ। अच्छा खत्म। हां जी खत्म वास्ते लेने ते नाले केड़ा वा ये मकसद अपना? तुसी 2-3 मन लेने हैं अपना, मरण वाले दे नाल भी नपणे हैं तुसी थोड़े बहुते 2-3 मन? हां जी नहीं ओ कह के गया थे। अच्छा मरण वाला कह गया ते ए इहदे जेड़ा वा केड़ा वा की हमला? सर कुत्ता चौं साहब है सर, मेनू लाल चौंसा चाहिए वा। जेड़ा बंदा साडा मरिया कि नहीं कजन साडा, ओदे दिल दी ख्वाहिश सी कि जदों मेरा खत्म होवे ओदों लाल चौंसा होवे। भाण चिट्टा चौंसा वे सुनया, काला चौंसा वे सुनया, लाल चौंसा मतलब तां रंग करके दे दिने लाल चौंसा? नहीं सर लाल चाहिए वा, रंग नहीं करके देना, मैं तुहाडे कोलों फाड़ी कट के विचों देखनी है। अच्छा लाल चाहिए सर? लाल नहीं है भाण, तुसीं ते नाले बहुत थोड़ा वा तुहाडे कोल अंब पिया, अंब होर मंगवाओ। मैं ट्रैक्टर फोन कर दिंदा भर के लै आंदा ट्राली नाल तुहाडे पास। अंब सही हो गया? हां जी ठीक है। ਮਗਰ ਜਿੱਦਾਂ ਤੁਹਾਡਾ ਮੂੰਹ ਮਿਲਾਵਾ ਤੁਸੀਂ ਕਦੀ ਚੌਂਸਾ ਖਾਦਾ ਹੀ ਨਹੀਂ ਹੈ? ਨਹੀਂ ਨਹੀਂ ਤੁਸੀਂ ਲਾਲ ਚੌਂਸਾ ਮੰਗ ਰਹੇ? ਮੈਂ ਰੋਜ਼ ਖਾਣਾ ਯਾਰ। ਅੱਛਾ ਜੀ, ਤਦੇ ਕਿੱਟਾ ਕਰਕੇ ਮੂੰਹ ਹੋਇਆ? ਹਾਂਜੀ। ਤੇ ਤੁਸੀਂ ਆਏ ਕਿੱਥੋਂ ਜੇ? ਐ ਨਾਲ ਗਲੀ ਚ ਘਾਰ ਆਪਣਾ ਭਾਂ। ਤੇ ਥੱਕਾ ਥੱਕਾ ਲੱਗ ਰਿਹਾ, ਸਾਹ ਤੈਨੂੰ ਇੰਜ ਚੜਿਆ ਜਿੱਦਾਂ ਤੂੰ ਖਫਾਨਸਤਾਨ ਨੂੰ ਆਇਆ ਪੈਦਲ ਹੀ? ਮੈਨੂੰ ਕੋਠੀ ਦੇ ਜੇ, ਮੈਂ ਥੱਕਾ ਥੱਕਾ ਲੱਗ ਰਿਹਾ। ਤੇ ਨਹੀਂ ਨਹੀਂ ਮੈਨੂੰ ਲੱਗ ਰਿਹਾ ਸਾਹ ਕਰ ਲਾ ਪੂਰਾ ਮੇਰਾ। ਤੁਸੀਂ ਬਟਨ ਬੁਟਨ ਵੀ ਖੋਲੇ ਆ? ਭਾਂ ਗਰਮੀ ਪਿੱਛੋਂ ਜਿਹੜਾ ਲੱਗ ਰਿਹਾ ਸਾਰੇ ਗਰਮੀ ਆ ਵੱਡੇ ਭਾਂ ਗਰਮੀ। ਤੁਸੀਂ ਕੀ ਸੁਬਾ ਸੁਬਾ ਆ ਕੇ ਮੈਨੂੰ ਉਸਤ ਪਾ ਰਹੇ ਹੋ? ਲੈਣਾ ਸੌਦਾ ਕਿ ਨਹੀਂ ਲੈਣਾ ਯਾਰ? ਯਾਰ ਤੂੰ ਗਾਹ ਕਾ ਮੈਂ ਤੇਰਾ ਯਾਰ, ਤੂੰ ਗੁੱਸਾ ਕਿਉਂ ਕਰਨ ਦਿਆਂ ਭਾਈ? ਗਾਹ ਨਹੀਂ ਮੈਨੂੰ ਤੂੰ ਤਾਪ ਲੱਗਣ ਦਿਆਂ, ਤੂੰ ਗੁੱਸਾ ਕਿਉਂ ਕਰਨ ਦਿਆਂ? ਮੈਂ ਤੇਰਾ ਗਾਹ ਕਾ? ਉਹ ਨਹੀਂ ਯਾਰ ਤੂੰ ਗਾਹ ਹੈ ਹੀ ਨਹੀਂ, ਲੈ ਕਿੱਦਾਂ ਮੰਨ ਲਾ ਤੂੰ ਗਾਹ ਹੈ ਭਾਈ? ਉਹ ਨਹੀਂ ਯਾਰ ਤੂੰ ਲਾਲ ਚੌਂਸਾ ਲੈ ਦੱਸ, ਲਾਲ ਚੌਂਸਾ ਕਿੱਥੋਂ ਆ? ਕੋ ਨਵਾਂ ਪੌਦਾ ਚੱਲਿਆ ਲਾਲ ਚੌਂਸੇ? ਭਾਜੀ ਲਾਲ ਚੌਂਸਾ ਮੈਂ ਤੈਨੂੰ ਦਿਖਾ ਸਕਦਾ ਸਾਰਾ? ਭਾਈ ਨਹੀਂ ਹੈਗਾ ਸਰ, ਮਿਹਰਬਾਨੀ ਆ ਵੀ ਨਾ ਪਰੇਸ਼ਾਨ ਕਰ ਲਿਆ। ਮਿਕਸ ਅੰਬ ਚਾਹੀਦੇ ਆ, ਲਾਲ ਤੇ ਕਾਲਾ ਚੌਂਸਾ ਮਿਕਸ ਦੇਣਾ ਤੂੰ? ਉਹ ਭਾਈ ਮਿਕਸ ਕਰਾ, ਮਿਸਾਲ ਦਰਦਾ ਚਾਵਲ ਆ ਤੈਨੂੰ ਮਿਕਸ ਕਰਕੇ ਦੇ ਦਈਏ। ਤੁਸੀਂ 150 ਰੁਪਏ ਦੱਸਿਆ? ਹਾਂਜੀ ਭਾਈ ਮੈਂ ਤੈਨੂੰ 500 ਰੁਪਏ ਕਿਲੋ ਦਾ ਦਿੰਨਾ। ਅੱਛਾ ਜੀ ਠੀਕ ਹੋ ਗਿਆ, ਤੁਸੀਂ ਲਾਲ ਚੌਂਸਾ ਦੇਣਾ ਤੇ ਕਾਲਾ ਮਿਕਸ ਦੇਣਾ ਵਾ। ਯਾਰ ਤੇਰੀ ਮਿਹਰਬਾਨੀ ਆ ਵੀ ਪਰੇਸ਼ਾਨ ਨਾ ਕਰ, ਜਾ ਯਾਰ ਸਾਥ ਤੇਰੀ ਖੈਰ ਹੋਈ ਯਾਰ। ਇਹ ਸੁਬਾ ਸੁਬਾ ਤੂੰ ਮੇਰੀ ਗੱਲ ਤਾਂ ਸੁਣ ਲਾ। ਹਾਂਜੀ 2 ਮਣ ਅੰਬ। ਅੱਛਾ ਜੀ ਛਾਪਰਾਂ ਚ ਪਾ ਦੇਣੇ ਆ? ਅੱਛਾ ਜੀ 10 ਪੇਟੀਆਂ ਜਿਹੜੀਆਂ ਅੰਬਾਂ ਦੀਆਂ ਹੈਗੇ ਨੇ ਉਹ ਲੈਦਾ ਰੇੜੀ ਦੇ ਉੱਤੇ ਰਖਾ ਦੇਣੀਆਂ, ਅੰਬ ਫਿਸੇ ਨਾ। ਠੀਕ ਹੋ ਗਿਆ, ਇਹ ਟਿਕਟ ਸਾਰੇ ਅੰਬਾਂ ਤੇ ਲੱਗੀ ਹੋਵੇ, ਇਸ ਅੰਬ ਤੇ ਟਿਕਟ ਬਾਹਰ ਭੇਜਣੇ ਆ? ਹਾਂਜੀ ਤੁਹਾਡੇ ਪੈਸੇ ਕੱਟੇ ਜਾਣੇ ਵਿੱਚੋਂ। ਭਾਈ ਲਾਲ ਚੌਂਸਾ ਯਾਰ ਸਾਡੇ ਕੋਲ ਹੈ ਨਹੀਂ, ਜਾ ਤੇਰੀ ਮਿਹਰਬਾਨੀ, ਕੰਮ ਦਾ ਟਾਈਮ ਆ ਵੀ ਸੁਬਾ ਸੁਬਾ ਪਰੇਸ਼ਾਨ ਨਾ ਕਰ, ਤੇਰੀ ਖੈਰ ਹੋਈ ਯਾਰ। ਭਾਈ ਮੈਂ ਵੀ ਗਾਹ ਕਾ ਤੇਰਾ ਯਾਰ? ਓ ਯਾਰ ਤੂੰ ਗਾਹ ਕਾ, ਰੱਬ ਦੀ ਰਹਿਮਤ, ਗਾਹ ਕਾ ਘੱਟ ਤਾਪ ਬਹੁਤਾ ਲੱਗਣ ਦੇ ਆ ਤੂੰ ਮੈਨੂੰ, ਗਾਹ ਕਾ ਰੱਬ ਦੀ ਰਹਿਮਤ ਹੁੰਦੀ ਆ, ਜਾ ਤੇਰੀ ਖੈਰ ਹੋਈ, ਐਵੇਂ ਸੁਬਾ ਸੁਬਾ ਪਰੇਸ਼ਾਨ ਨਾ ਕਰ ਯਾਰ। ਮੈਂ ਤੇਰਾ ਖੁੰਨਾ ਖੋਲ ਦੇਣਾ ਅੰਬ ਮਾਰ ਕੇ ਸਰ, ਮੈਂ ਤੁਹਾਡਾ ਗਾਹਕ ਆ, ਤੁਸੀਂ ਖੁੱਲੋ। ਓ ਭਾਈ ਤੇਰੀ ਮਿਹਰਬਾਨੀ ਯਾਰ, ਜਾ ਸੁਬਾ ਸੁਬਾ ਨਾ ਵੀ ਪਰੇਸ਼ਾਨ ਕਰ, ਮੈਂ ਨਹੀਂ ਦੇਣੇ ਅੰਬ ਤੈਨੂੰ, ਜਾ ਤੇਰੀ ਖੈਰ ਹੋਈ, ਜਾ। ਸੁੰਗਣ ਦੇ ਅੰਬ ਵਾਲੇ ਕਿਹੜਾ ਪਰਫਿਊਮ ਲਾਈ ਹੈ? ਜਾ ਤੇਰੀ ਖੈਰ ਹੋਈ, ਜਾ ਠਹਿਰ ਤੇ ਜਾ। ਉਹ ਦੱਸ ਉਹ ਨੱਕ ਮਾਰ ਕੇ ਤੋੜ ਨਾ ਦੇਈਂ ਕਿਤੇ ਅੰਬ ਮੇਰਾ, ਸਾਦ ਕਰੋ ਲੜ ਗਏ ਆ। ਓ ਯਾਰ ਤੂੰ ਜਾ ਭਾਈ, ਤੇਰੀ ਮਿਹਰਬਾਨੀ ਕੋਲੀ, ਮੈਨੂੰ ਕਹਿੰਦਾ ਥੱਕਿਆ ਟੁੱਟਿਆ ਤੇ ਮੈਨੂੰ ਘੁੱਟ ਦੇ, ਮੈਂ ਥੱਕਿਆ ਟੁੱਟਿਆ ਲੱਗਣੇ ਆ। ਤੂੰ ਮੈਨੂੰ 20 ਕਿਲੋ ਅੰਬ ਦੇ। ਨਹੀਂ ਮੈਂ ਤੈਨੂੰ ਦੇਣੇ ਨਹੀਂ 20 ਕਿਲੋ ਅੰਬ, ਲਾਲ ਚੌਂਸਾ ਤੈਨੂੰ ਮੈਂ ਕਿੱਥੋਂ ਦੇ ਦੇ? ਰੰਗ ਕਰਕੇ ਦੇ ਰਿਆਂ ਤੈਨੂੰ ਲਾਲ? ਸਰ ਮੈਨੂੰ ਰੰਗ ਲਾਲ ਨਹੀਂ ਚਾਹੀਦਾ, ਮੈਨੂੰ ਚੌਂਸਾ ਲਾਲ ਚਾਹੀਦਾ ਵਾ। ਲਾਲ ਚੌਂਸਾ ਕਦੋਂ ਦੇ ਅੰਬ ਵੇਚਣ ਲੱਗਾ? ਮੈਂ ਅੱਜ ਸ਼ੁਰੂ ਕੀਤੇ, ਰਾਤੀ ਲਾਏ ਪਹਿਲੇ। ਤੈਨੂੰ ਨਹੀਂ ਪਤਾ ਲਾਲ ਚੌਂਸਾ ਮੰਡੀ ਦੇ ਵਿੱਚ ਜਾ, ਸਰ ਚੌਂਸਾ ਹੀ ਚੌਂਸਾ ਹੋਇਆ। ਭਾਈ ਲਾਲ ਚੌਂਸਾ ਨਹੀਂ, ਮੇਰੇ ਕੋਲ ਆਓ ਜਾਓ, ਤੁਹਾਡੀ ਖੈਰ ਹੋਵੇ, ਜਾਓ ਸੁਬਾ ਸੁਬਾ ਐਵੇਂ ਨਾ ਮੈਨੂੰ ਖਪਾਈਓ, ਤੁਹਾਡੀ ਮਿਹਰਬਾਨੀ। ਗਰਮੀ ਇੰਨੀ ਉਹ ਤੋਂ ਤੂੰ ਲਾਲ ਚੌਂਸਾ ਮੰਗਣ ਆ ਗਿਆ? ਤੇਰੇ ਵਰਗੇ ਉੱਥੇ ਜਿਹੜੇ ਆ ਕਿ ਨਹੀਂ ਆ, ਲੈਣ ਗੱਡੀਆਂ ਦੇ ਉੱਤੇ ਸਟੇਸ਼ਨ ਦੇ ਉੱਤੇ ਕੁੱਲੀ ਹੁੰਦੇ ਆ, ਤੂੰ ਅੰਬ ਲਾ ਕੇ ਬਹਿ ਗਿਆ, ਤੈਨੂੰ ਲਾਲ ਅੰਬ ਦਾ ਹੀ ਨਹੀਂ ਪਤਾ, ਤੈਨੂੰ ਕੀ ਪਤਾ ਅੰਬ ਕਿੱਦਾਂ? ਤੈਨੂੰ ਮੈਂ ਕੁੱਲੀ ਲੱਗਣ ਆ, ਮੈਂ ਤੈਨੂੰ ਬਰੀਕ ਇਸ ਸਮੇਂ ਕਿਉਂ ਚ ਸੁੱਟ ਦੇਣਾ? ਹਾਂ ਤਾਂ ਜਾ ਭੱਜਾ ਪਰ, ਆ ਮੈਂ ਤੇਰੇ ਤਸਲੇ ਮਾਰਾਂਗਾ ਨਾ ਜਬਰੇ ਨੂੰ। ਯਾਰ ਗੱਲ ਤੇ ਸੁਣ ਲਾ। ਓ ਯਾਰ ਨਹੀਂ ਤੂੰ ਜਾ, ਤੇਰੀ ਖੈਰ ਹੋਵੇ, ਚੱਲ ਭੱਜਾ ਪਰ ਯਾਰ, ਸੁਬਾ ਸੁਬਾ ਐਵੇਂ ਖਪਾਈ ਜਾਂਦਾ ਮੈਨੂੰ, ਚੱਲ ਜਾ ਯਾਰ ਜਾ। ਲੈ ਭਾਈ ਜਾ ਤੂੰ, ਜਾ ਸੁਬਾ ਸੁਬਾ ਐਵੇਂ ਮੇਰੇ ਕੋਲ ਰੈਪ ਤੇ ਨਾ ਖਾ ਲੈ, ਜਾ ਭੱਜ ਯਾਰ। ਉਪਰਾ ਭਰਾ ਆ ਗਿਆ ਤੇ ਲਾੜੀ ਨਾ ਪਵੇ ਤੇ, ਚੱਲ ਮੈਨੂੰ ਲਾਲ ਅੰਬ ਚਾਹੀਦਾ। ਜਾ ਭੱਜਾ ਪਰ, ਨਹੀਂ ਲਾਲ ਨਹੀਂ ਹੈ, ਚੱਲ ਭੱਜ ਜਾ। ਓ ਯਾਰ ਇਹਨੂੰ ਲਾਇਓ ਯਾਰ, ਬਸ ਕਰ, 7 ਕਿਲੋ ਦੀ ਹੋ ਗਈ ਕਿ ਨਹੀਂ, 7 ਮਿੰਟ ਦੀ ਹੋ ਗਈ ਨਾ, ਚੱਲ ਜਾ। ਅੱਛਾ ਵੀ ਫਿਰ ਹੁਣ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਇਜਾਜ਼ਤ ਹੀ ਹੈ, ਜਾਓ। ਜੇ ਪਸੰਦ ਆਵੇ ਲਾਈਕ ਔਰ ਸਬਸਕ੍ਰਾਈਬ ਔਰ ਬਿੱਗ ਕੰਡੀ ਦਾ ਨਿਸ਼ਾਨ ਨੂੰ ਟਿੱਕ ਕਰਨਾ ਨਹੀਂ ਭੁੱਲਣਾ, ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤੇ ਅੱਜ ਦੀ ਸਾਡੀ ਵੀਡੀਓ ਬੜੀ ਪਿਆਰੀ ਹੋਏਗੀ। ਹੁਣ ਮੈਂ ਤੇ ਇਜਾਜ਼ਤ ਚਾਹੁੰਦੇ ਹਾਂ। YouTube ਚੈਨਲ ਪਾਕਿਸਤਾਨ ਜ਼ਿੰਦਾਬਾਦ। ਚਲੋ ਲੈ ਲਓ।